ਸ਼ੁੱਕਰਵਾਰ ਦੇਰ ਰਾਤ ਨਿਕੋਬਾਰ ਦੀਪ ਸਮੂਹ ਤੇ ਉੱਤਰਾਖੰਡ ਦੇ ਚਮੋਲੀ ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨਿਕੋਬਾਰ ਦੀਪ ਸਮੂਹ ਵਿਚ ਭੂਚਾਲ ਦੇ ਝਟਕੇ 12:35 ਤੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟੇਅਰ ਸਕੇਲ ਤੇ 4.9 ਮਾਪੀ ਗਈ ਹੈ। ਦੂਸਰੇ ਪਾਸੇ ਉੱਤਰਾਖੰਡ ਦੇ ਚਮੋਲੀ ਵਿਚ ਭੂਚਾਲ ਦੇ ਝਟਕੇ 1:08 ਤੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ 3.8 ਮਾਪੀ ਗਈ ਹੈ। ਹਾਲੇ ਤੱਕ ਕਿਸੇ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਦੀ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਹੈ।